ਕਿਹਾ ਸੰਗਤ ਨੂੰ ਵੀ ਜਿਹੜੀਆਂ ਫੁਆਵਾਂ ਫੈਲਾਈਆਂ ਜਾਂਦੀਆਂ ਨਾ ਫੁਆਈਆਂ ਜਾਂ। ਰਾਤ ਵੀ ਇੱਕ ਫੁਆ ਫੈਲਾਤੀ ਸੀ ਵੀ ਇੱਧਰੋਂ ਬੰਦੇ ਆ ਗਏ, ਕੋਈ ਇੱਧਰੋਂ ਆ ਗਏ, ਲੋਕ ਡਾਂਗਾਂ ਚੁੱਕ ਕੇ। ਆਪਾਂ ਜਿੰਨਾ ਦੇ ਦਿਨੇ ਤਾਂ ਆਪਾਂ ਘਰਾਂ 'ਚ ਬੈਠੇ ਜਾਂਦੇ, ਰਾਤ ਨੂੰ ਲਾਲਾ ਲਾਲਾ ਕਦੀ ਇੱਧਰ ਨੂੰ ਜਾਂਦੇ ਕਦੀ ਇੱਧਰ ਨੂੰ, ਅਤੇ ਉਹਦੇ ਕਰਕੇ ਜ਼ਿਆਦਾ ਪ੍ਰੋਬਲਮ ਆਉਂਦੀ ਪਈ ਆ। ਅਤੇ ਝੂਠੀਆਂ ਫੁਆਵਾਂ ਤੋਂ ਕਿਸੇ ਬਰਾਦਰੀ ਤੋਂ ਕਿਸੇ ਭਾਈਵਾਲ ਚਾਲ ਤੋਂ ਨਾ ਆਪਾਂ ਇੱਕ ਦੂਜੇ ਦਾ ਨਾਂ ਲਾਈਏ, ਅਤੇ ਜਿਹੜੀ ਮਹਾਂਮਾਰੀ ਹੈ ਤੂੰ ਆਪਾਂ ਘਰੇ ਰਹੀਏ ਤਾਂ ਚੰਗੀ ਗੱਲ ਹੈ। ਜਨਾਬ ਸਮੱਸਿਆ ਇਹ ਹੈ ਕਿ ਅਸੀਂ ਪੰਜਾਬ ਔਰ ਹਿਮਾਚਲ ਦਾ ਬਾਉਂਡਰੀ ਹੈ ਇਹ, ਸਾਡੇ ਕੁਛ ਬੰਦੇ ਦੁੱਧ ਲੈ ਕੇ ਪੰਜਾਬ 'ਚ ਜਾਂਦੇ, ਕੁਛ ਹਿਮਾਚਲ 'ਚ ਜਾਂਦੇ ਆ। ਜਿੱਦਣ ਦਾ ਤਬਲੀਗੀ ਜਮਾਤ ਵਾਲਿਆਂ ਦਾ ਨਿਜ਼ਾਮੋਦੀਨ ਮਰਕਜ਼ ਤੋਂ ਕੁਛ ਬੰਦੇ ਫੜੇ ਗਏ ਆ, ਉਹ ਦੇਸ਼ ਦੇ ਵਿੱਚ ਮੁੱਦਾ ਬਣਿਆ ਹੋਇਆ ਹੈ, ਉਸ ਕਰਕੇ ਇੱਥੇ ਵਿੱਚ ਕੁਛ ਸ਼ਰਾਰਤੀ ਤੱਤਵ ਆਮ ਆਦਮੀ ਨੂੰ ਵੀ ਤੰਗ ਕਰ ਰਹੇ ਆ। ਜਿੱਦਾਂ ਗੁਜਰਾਂ ਦਾ ਦੁੱਧ ਨਹੀਂ ਲੈਣਾ, ਗੁਜਰਾਂ ਦੇ ਬੰਦੇ ਲੁਕਾਏ ਹੋਏ ਆ, ਅਸੀਂ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰ ਰਹੇ ਹਾਂ, ਅਗਰ ਕੋਈ ਕੰਪਲੇਂਟ ਹੈ ਆਪਣੇ ਪ੍ਰਸ਼ਾਸਨ ਨੂੰ ਤਾਂ ਅਸੀਂ ਫਿਰ ਵੀ ਸਹਿਯੋਗ ਕਰਨ ਨੂੰ ਤਿਆਰ ਹਾਂ। ਅਤੇ ਸਾਡੀ ਬੇਨਤੀ ਹੈ ਕਿ ਦੁੱਧ ਸਾਡੇ ਦੁੱਧ ਹੁੰਦਾ, ਦੁੱਧ ਦਾ ਕਾਰੋਬਾਰ ਹੈ, ਦੁੱਧ ਅਗਰ ਨਹੀਂ ਵਿਕੇਗਾ ਤਾਂ ਅਸੀਂ ਕੀ ਖਾਵਾਂਗੇ। ਸਾਡੇ ਘਰ ਚੱਕੀਆਂ 'ਤੇ ਦੁਕਾਨਾਂ 'ਤੇ ਹਰ ਜਗ੍ਹਾ ਲੋਕ ਸ਼ਰਾਰਤੀ ਤੱਤਵ ਕਹਿ ਰਹੇ ਕਿ ਗੁਜਰਾਂ ਨੂੰ ਕੋਈ ਸਮਾਨ ਨਹੀਂ ਦੇਣਾ, ਗੁਜਰਾਂ ਨੂੰ ਘਰ ਨਾ ਆਉਣ ਦਿਓ, ਉਹਨਾਂ ਨੂੰ ਪੱਠੇ ਨਾ ਦਿਓ। ਅਤੇ ਅਗਰ ਇਹ ਇੱਦਾਂ ਸਮਾਜ ਦੇ ਵਿੱਚ ਸਾਡਾ ਬਾਈਕਾਟ ਕਰਨਗੇ ਤਾਂ ਅਸੀਂ ਕਿੱਥੇ ਜਾਵਾਂਗੇ। ਸਾਡੀ ਰਿਕੁਐਸਟ ਹੈ ਕਿ ਸਾਡੀ ਮਦਦ ਕੀਤੀ ਜਾਵੇ। ਥੈਂਕ ਯੂ। ਯਾਕੂਬ ਅਲੀ ਅਤੇ ਪਿੰਡ ਪੰਚਾਇਤ ਰਿਆਲੀ ਦੀ ਹਿਮਾਚਲ ਪ੍ਰਦੇਸ਼ 'ਚ ਪੈਂਦਾ ਜੀ। ਅਤੇ ਇਹ ਸਮੱਸਿਆ ਹੈ ਜੀ, ਸਾਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੇ, ਘਰੋਂ ਬਾਹਰ ਨਿਕਲ ਨਹੀਂ ਦਿੰਦੇ। ਜਦੋਂ ਵੀ ਸਾਨੂੰ 2 ਘੰਟੇ ਦਾ ਕਰਫਿਊ ਟੁੱਟਦਾ ਹੈ ਅਤੇ ਸਾਨੂੰ ਛੂਟ ਦਿੱਤੀ ਗਈ ਹੈ ਸਰਕਾਰ ਵੱਲੋਂ ਕਿ 2 ਘੰਟੇ ਅਸੀਂ ਰਾਸ਼ਨ ਪਾਣੀ ਲੈ ਸਕਦੇ ਹੋ, ਉਹਦੇ ਕਾਰਨ ਸਾਨੂੰ ਨਾ ਰਾਸ਼ਨ ਲੈਣ ਨੂੰ ਜਾਣ ਦਿੰਦੇ ਨਾ ਹੀ ਕੁਛ। ਇਹਦੇ ਬਾਰੇ ਸਾਡੇ ਧੰਨਵਾਦ, ਅਸੀਂ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਰਾਸ਼ਨ ਲਿਆਉਣ ਦਿੱਤਾ ਜਾਵੇ। ਸਾਡੇ ਸਮਾਜ ਤੋਂ ਦਿਲਾਂ ਤੋਂ ਦੂਰੀ ਹੋਣੀ ਚਾਹੀਦੀ, ਤਨਾਂ ਤੋਂ ਦੂਰੀ ਹੋਣੀ ਚਾਹੀਦੀ, ਵੈਸੇ ਦਿਲਾਂ 'ਚ ਦੂਰੀ ਨਹੀਂ ਹੋਣੀ ਚਾਹੀਦੀ। ਸਾਡੇ ਵੱਲੋਂ ਇਹ ਸਰਕਾਰ ਨੂੰ ਬੇਨਤੀ ਕਿ ਸਾਡੀ ਸਮੱਸਿਆ ਦਾ ਹੱਲ ਕਰੋ। ਨਮਸਕਾਰ ਜੀ। ਨਮਸਕਾਰ ਜੀ, ਮੈਂ ਯੂਸਫ ਦੀਨ, ਪੰਚਾਇਤ ਹਰਿਆਲੀ ਬੇਲਾ ਲੁਧਿਆਣਾ ਦਾ ਨਿਵਾਸੀ, ਅਤੇ ਅਸੀਂ ਗੁੱਜਰ ਸਮੁਦਾਇ ਸਰ। ਅਤੇ ਸਾਡੀ ਇੱਕੋ ਰਿਕੁਐਸਟ ਹੈ ਵੀ ਅਸੀਂ ਆ ਗੁੱਜਰ ਲੋਕ ਡੰਗਰ ਪਸ਼ੂ ਦਾ ਕੰਮ ਕਰਦੇ ਹਾਂ, ਅਤੇ ਜੇ ਸਾਡਾ ਦੁੱਧ ਨਾ ਵਿਕੇ ਤਾਂ ਅਸੀਂ ਬੱਚਿਆਂ ਨੂੰ ਕੀ ਖਵਾਈਏ। ਦੁੱਧ ਤਾਂ ਸਾਡਾ ਸਾਰਾ ਕਾਰਮਦਾਰ ਹੈ, ਸਾਨੂੰ ਦੁੱਧ ਲੈਣ ਦੀ ਬੜੀ ਦੇਣ ਦੀ ਵੇਚਣ ਦੀ ਬੜੀ ਪ੍ਰੋਬਲਮ ਹੈ, ਦੁੱਧ ਸਾਡੇ ਕੋਲ ਕੋਈ ਲੈਂਦਾ ਨਹੀਂ, ਅਤੇ ਅਸੀਂ ਬੱਚਿਆਂ ਨੂੰ ਅਤੇ ਪਸ਼ੂਆਂ ਨੂੰ ਕੀ ਖਵਾਈਏ। ਸਾਡੀ ਇਹੀ ਪ੍ਰਸ਼ਾਸਨ ਅੱਗੇ ਰਿਕੁਐਸਟ ਹੈ ਵੀ ਸਾਡੇ ਬਾਰੇ ਕੁਛ ਸੋਚਿਆ ਜਾਵੇ। ਹਾਂਜੀ, ਜਿਸ ਸਮੇਂ ਤੁਸੀਂ ਦੁੱਧ ਲੈ ਕੇ ਜਾਂਦੇ ਹੋ ਤੁਹਾਨੂੰ ਕੀ ਕਹਿੰਦੀ ਦੁਨੀਆ? ਸਾਨੂੰ ਇਹ ਕਹਿੰਦੇ ਵੀ ਗੁੱਜਰਾਂ ਕੋਲੋਂ ਰੋਜ਼ ਦੁੱਧ ਨਹੀਂ ਲੈਣਾ, ਇਹ ਜਮਾਤੀ ਹੈ। ਅੱਛਾ, ਤੁਹਾਡਾ ਕਿਸੇ ਜਮਾਤੀ ਨਾਲ ਕੋਈ ਸੰਬੰਧ ਹੈਗਾ ਆ? ਬਿਲਕੁਲ ਨਹੀਂ ਜੀ, ਅਸੀਂ ਉਹਨਾਂ ਨੂੰ ਜਾਣਦੇ ਨਹੀਂ, ਪਛਾਣਦੇ ਨਹੀਂ, ਸਾਡੇ ਕੋਈ ਲਿੰਕ ਹੈ ਨਹੀਂ ਉਹਨਾਂ ਨਾਲ। ਅਤੇ ਜੇ ਬਾਈ ਦਵੇ ਤੁਹਾਡੇ ਘਰ ਕੋਈ ਅਜਨਬੀ ਆ ਜਾਂਦਾ, ਉਹ ਫਿਰ ਕੀ ਕਰੋਗੇ? ਅਸੀਂ ਸੂਚਨਾ ਦੇਵਾਂਗੇ ਸਰਪੰਚ ਨੂੰ, ਪੁਲਿਸ ਨੂੰ, ਉਹਦਾ ਸਹਿਯੋਗ ਦੇਵਾਂਗੇ ਪੂਰਾ ਪ੍ਰਸ਼ਾਸਨ ਦਾ। ਠੀਕ ਆ, ਅਤੇ ਕਿਹੋ ਜਿਹੀ ਸਮੱਸਿਆ ਆ ਰਹੀਆਂ ਰਾਹ ਦੇ ਵਿੱਚ? ਰਾਹ ਦੇ ਵਿੱਚ ਇਹੀ ਹੈ ਜੀ, ਸਾਨੂੰ ਇੱਕ ਤਾਂ ਦੂਜੇ ਪਾਨਾ ਦੇਖਿਆ ਜਾਂਦਾ ਹੈ, ਕੁਛ ਬੰਦੇ ਦੂਜੇ ਪਾਨਾ ਦੇਖਦੇ, ਸਾਨੂੰ ਉਹ ਪ੍ਰੋਬਲਮ ਜ਼ਿਆਦਾ ਸਾਡੇ ਕੋਲੋਂ। ਇੱਕ ਦੁੱਧ ਵੇਚਣ ਦੀ ਪ੍ਰੋਬਲਮ ਹੈ, ਦੁੱਧ ਨਹੀਂ ਸਾਡੇ ਕੋਲ ਲੈਂਦਾ ਕੋਈ ਵੀ, ਅਸੀਂ ਦੁੱਧ ਵੇਚਾਂਗੇ ਅਤੇ ਬੱਚਿਆਂ ਨੂੰ ਖਵਾਵਾਂਗੇ, ਆਪ ਖਾਵਾਂਗੇ। ਕੋਈ ਹੋਰ ਵੀ ਪੇਸ਼ਾ ਆਪਣਾ ਹੈ ਜਾਂ ਨਹੀਂ? ਹੋਰ ਕੋਈ ਪੇਸ਼ਾ ਨਹੀਂ ਸਾਡਾ ਜੀ, ਸਿਰਫ ਦੁੱਧ ਦੇ ਉੱਤੇ ਗੁਜ਼ਾਰਾ ਕਰਦੇ ਹਾਂ। ਦੁੱਧ 'ਤੇ ਨਿਰਭਰ ਹਾਂ ਅਸੀਂ, ਸਭ ਕੁਛ ਸਾਡਾ ਉੱਥੇ ਹੀ। ਠੀਕ ਹੈ ਜੀ, ਵਿਕੇਗਾ ਤਾਂ ਖਾਵਾਂਗੇ, ਬੱਚਿਆਂ ਨੂੰ ਖਵਾਵਾਂਗੇ, ਪਸ਼ੂਆਂ ਨੂੰ ਖਵਾਵਾਂਗੇ, ਨਹੀਂ ਤਾਂ ਸਾਡੇ ਕੋਲ ਕੁਛ ਨਹੀਂ।